ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਸਾਰਿਆਂ ਦਾ ਜੀ ਆਨੂ ਕਰਦੀ ਹੈ ਜੀ ਆਰ ਜੀ ਗੁਰਪ੍ਰੀਤ ਤੁਹਾਡਾ ਸਾਰਿਆਂ ਦਾ ਯੈਸ ਟੀਵੀ ਤੇ ਜਿਵੇਂ ਕਿ ਤੁਹਾਡੇ ਸਾਰਿਆਂ ਦੇ ਲਈ ਢੇਰ ਸਾਰੀਆਂ ਗੱਲਾਂ ਬਾਤਾਂ ਇਸ ਪ੍ਰੋਗਰਾਮ ਦੇ ਵਿੱਚ ਮੈਂ ਲੈ ਕੇ ਆਉਣੀ ਹਾਂ ਤੇ ਅੱਜ ਵੀ ਫਿਰ ਮੈਂ ਖਾਲੀ ਹੱਥ ਕਿਦਾਂ ਆ ਜਾਂਦੀ ਅੱਜ ਵੀ ਕੋਈ ਨਾ ਕੋਈ ਗੱਲਬਾਤ ਲੈ ਕੇ ਹੀ ਆਉਂਦੀ ਨਾ ਤੇ ਹੁਣ ਨਾ ਤੁਹਾਨੂੰ ਇੱਥੇ ਇੱਕ ਮੈਂ ਛੋਟਾ ਜਿਹਾ ਕਿੱਸਾ ਸੁਣਾਉਣਾ ਚਾਹਾਂਗੀ ਇੱਕ ਵਾਰੀ ਕੀ ਹੋਇਆ ਦੋ ਭਰਾ ਨਾ ਆਪਸ ਦੇ ਵਿੱਚ ਤੁਰਦੇ ਜਾ ਰਹੇ ਸੀ ਇੱਕ ਰਾਹ ਤੇ ਹਨਾ ਤੇ ਜਾਂਦੇ ਜਾਂਦੇ ਉਹਨਾਂ ਨੇ ਇੱਕ ਰਾਹ ਤੇ ਵੇਖਿਆ ਵੀ ਕਿਸੇ ਦੇ ਨਾ ਫਟੇ ਪੁਰਾਣੇ ਜੁੱਤੇ ਪਏ ਸੀ ਯਾਨੀ ਕਿ ਬੂਟ ਪਏ ਸੀ ਤੇ ਫਿਰ ਉਹਦੇ ਵਿੱਚ ਜਿਹੜਾ ਛੋਟਾ ਭਰਾ ਸੀ ਨਾ ਉਹ ਜ਼ਿਆਦਾ ਸ਼ਰਾਰਤੀ ਸੀ ਪਰ ਉਹਦਾ ਦਿਲ ਮਾੜਾ ਨਹੀਂ ਸੀ ਯਾਨੀ ਕਿ ਦਿਲੋਂ ਮਾੜਾ ਨਹੀਂ ਸੀ ਬਸ ਸ਼ਰਾਰਤੀ ਸੀ ਤੇ ਉਹਨੇ ਕਿਹਾ ਵੀ ਚੱਲ ਠੀਕ ਹੈ ਇਹ ਬੂਟ ਚੱਕ ਕੇ ਨਾ ਆਪਾਂ ਕਿਤੇ ਲੁਕੋ ਦਿੰਦੇ ਹਾਂ ਤੇ ਜਿਹਦੇ ਇਹ ਬੂਟ ਹੈਗੇ ਨੇ ਜਦੋਂ ਉਹ ਲੱਭੇਗਾ ਨਾ ਸਾਨੂੰ ਕਿੰਨਾ ਮਜ਼ਾ ਆਏਗਾ ਪਰ ਇਹ ਗੱਲ ਹੈ ਜਿਹੜੀ ਵੱਡੇ ਭਰਾ ਨੂੰ ਥੋੜੀ ਜਿਹੀ ਪਸੰਦ ਨਾ ਆਈ ਉਹਨੇ ਕਿਹਾ ਭਈ ਮਜ਼ਾ ਹੀ ਲੈਣਾ ਤਾਂ ਫਿਰ ਲਵਾਂਗੇ ਪਰ ਇੱਕ ਕੁਝ ਵੱਖਰੇ ਜਿਹੇ ਤਰੀਕੇ ਦੇ ਨਾਲ ਤੇ ਉਸਨੇ ਕਿਹਾ ਅੱਛਾ ਉਹ ਕਿਵੇਂ ਕਹਿੰਦੇ ਤੇਰੇ ਕੋਲੋਂ 20 ਰੁਪਏ ਹੈ ਨਾ ਲਿਆ 20 ਰੁਪਏ ਦੇ ਸਿੱਕੇ ਦੇ ਤੇ ਉਹਨੂੰ ਮਾੜਾ ਜਿਹਾ ਮਤਲਬ ਹਿਚਕਿਚਾਹਟ ਤਾਂ ਜ਼ਰੂਰ ਹੋਈ ਉਹਦੀ ਜੇਬ 'ਚ 20 ਰੁਪਏ ਚੱਲੇ ਨੇ ਪਰ ਉਹਨੇ ਫਿਰ ਵੀ ਹਿਚਕਿਚਾਉਂਦੇ ਹੋਏ ਦੇ ਦਿੱਤੇ ਵੀ ਲੈ ਤੂੰ 20 ਰੁਪਏ ਲੈ ਤੇ ਉਹਨੇ ਆਪਣੇ ਕੋਲੋਂ ਵੀ ਕੁਝ ਪੈਸੇ ਮਿਲਾਏ ਤੇ ਉਹਨਾਂ ਬੂਟਿਆਂ ਦੇ ਵਿੱਚ ਨਾ ਰੱਖ ਦਿੱਤੇ ਤੇ ਜਦੋਂ ਜਿਹਦੇ ਬੂਟ ਹੈਗੇ ਸੀ ਉਹ ਆਇਆ ਆਪਣੇ ਕੰਮ ਕਾਜ ਤੋਂ ਉਹਨੇ ਆ ਕੇ ਬੜਾ ਹੀ ਪਰੇਸ਼ਾਨ ਹੋ ਚਿਹਰੇ ਤੋਂ ਲੱਗ ਰਿਹਾ ਸੀ ਜਦੋਂ ਆ ਰਿਹਾ ਸੀ ਉਹ ਤੇ ਜਦੋਂ ਉਹਨੇ ਆਉਂਦੇ ਹੀ ਬੂਟ ਪਾਏ ਨਾ ਤੇ ਉਹਨੇ ਵੇਖਿਆ ਵੀ ਉਹਨਾਂ ਦੇ ਬੂਟਾਂ ਦੇ ਵਿੱਚ ਕੁਝ ਹੈਗਾ ਤੇ ਉਹਨੇ ਫਟਾਫਟ ਆਪਣੇ ਪੈਰ ਬਾਹਰ ਕੱਢੇ ਬੂਟ ਚੋਂ ਤੇ ਵੇਖਿਆ ਵੀ ਇਹਦੇ ਵਿੱਚ ਕੀ ਹੈ ਤੇ ਜਦੋਂ ਉਹਨੂੰ ਸਿੱਕੇ ਲੱਭੇ ਨਾ ਉਹ ਬੜਾ ਹੀ ਜ਼ਿਆਦਾ ਖੁਸ਼ ਹੋ ਗਿਆ ਤੇ ਜਿਹੜੇ ਦੋਵਾਂ ਭਰਾਵਾਂ ਦੀ ਜੋੜੀ ਵੇਖ ਰਹੀ ਸੀ ਨਾ ਉਹਨੂੰ ਜਿਨ੍ਹਾਂ ਨੇ ਬੂਟ ਵਿੱਚ ਪੈਸੇ ਛਪਾਏ ਸੀ ਤੇ ਉਹਨਾਂ ਨੇ ਵੇਖਿਆ ਵੀ ਉਹਦੇ ਚਿਹਰੇ ਤੇ ਇੱਕ ਅਲੱਗ ਹੀ ਖੁਸ਼ੀ ਸੀ ਮਤਲਬ ਉਹ ਇੰਨਾ ਜ਼ਿਆਦਾ ਖੁਸ਼ ਹੋ ਗਿਆ ਇੰਨਾ ਜ਼ਿਆਦਾ ਉਹ ਨੱਚਣ ਟੱਪਣ ਲੱਗ ਪਿਆ ਨਾ ਕਿ ਜਿਸ ਨੂੰ ਦੇਖ ਕੇ ਉਹ ਜਿਹੜੇ ਦੋਵਾਂ ਭਰਾ ਸੀ ਨਾ ਉਹ ਬਹੁਤ ਹੀ ਜ਼ਿਆਦਾ ਖੁਸ਼ ਹੋਏ ਤੇ ਉਹਨਾਂ ਵਿੱਚੋਂ ਹੀ ਫਿਰ ਛੋਟਾ ਭਰਾ ਪਤਾ ਕੀ ਕਹਿੰਦਾ ਕਹਿੰਦਾ ਮਤਲਬ ਮੈਂ ਬਹੁਤ ਸਾਰੀਆਂ ਚੀਜ਼ਾਂ ਖਰੀਦੀਆਂ ਨੇ ਬਹੁਤ ਸਾਰੇ ਸੁੱਖ ਮੈਂ ਮਾਣੇ ਨੇ ਪਰ ਅੱਜ ਜਿਹੜੀ ਖੁਸ਼ੀ ਇਸ ਚਿਹਰੇ ਤੇ ਖੁਸ਼ੀ ਦੇ ਕੇ ਮਿਲ ਰਹੀ ਹੈ ਨਾ ਇਹੋ ਜਿਹੀ ਖੁਸ਼ੀ ਨਹੀਂ ਦੁਬਾਰਾ ਮਿਲਦੀ ਤੇ ਬਸ ਦੋਸਤੋ ਮੈਂ ਇੱਕ ਵਾਰੀ ਫੇਰ ਤੋਂ ਤੁਹਾਨੂੰ ਇਹੀ ਕਹਿਣਾ ਚਾਹਾਂਗੀ ਕਿ ਸਾਨੂੰ ਕੰਮ ਕਰਦੇ ਰਹਿਣਾ ਚਾਹੀਦਾ ਹੈ ਕਿ ਸਾਡੇ ਮਤਲਬ ਵੱਲੋਂ ਕਿਸੇ ਦੇ ਚਿਹਰੇ ਤੇ ਜੇਕਰ ਖੁਸ਼ੀ ਆਉਂਦੀ ਹੈ ਤੇ ਫਿਰ ਸਾਨੂੰ ਖੁਸ਼ੀ ਜ਼ਰੂਰ ਦੇਣੀ ਚਾਹੀਦੀ ਹੈ ਉਹਨੂੰ ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਜੇਕਰ ਤੁਸੀਂ ਇਸ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹਿ ਸਕਦੇ ਹੋ ਜੀ ਕਮੈਂਟ ਸੈਕਸ਼ਨ ਤੇ ਕਮੈਂਟ ਕਰਕੇ ਮੈਂ ਤੁਹਾਨੂੰ ਮਿਲਾਂਗੀ ਜੀ ਨੈਕਸਟ ਵੀਡੀਓ ਦੇ ਵਿੱਚ ਕੁਝ ਹੋਰ ਵੀ ਢੇਰ ਸਾਰੀਆਂ ਗੱਲਾਂ ਬਾਤਾਂ ਤੇ ਉਦੋਂ ਤੱਕ ਤੁਸੀਂ ਸੁਣਦੇ ਰਹੋ ਸਾਂਝਾ ਰੇਡੀਓ 90.8 FM ਤੇ ਦੇਖਦੇ ਰਹੋ ਯੈਸ ਟੀਵੀ ਬਾਏ